99 ਇਹ ਨੰਬਰ ਖੜੇ ਨੇ ਉਹਨੇ ਚਾਰ ਸਹਿਜ ਪਾਠ ਹੀ ਕੀਤੇ ਨਾਲ ਔਰ ਇਹ ਸਾਰਾ ਗੁਰਬਾਣੀ ਦਾ ਪ੍ਰਤਾਪ ਹੈ ਜਿਹੜੇ ਗੁਰਬਾਣੀ ਬੱਚਾ ਪੜ੍ਹਦਾ ਹੈ ਜਿਹੜਾ ਜੀਵ ਪੜ੍ਹਦਾ ਉਹਨੂੰ ਕਿਤੇ ਵੀ ਤੋੜ ਰਿਹਾ ਉਹਨੂੰ ਹਰ ਮੈਦਾਨ ਫਤਿਹ ਹੁੰਦੀ ਹੈ ਜਿਹੜੇ ਦੂਜੀਆਂ ਬੱਚੀਆਂ 12 ਮੈਂਟ ਨੇ ਉਹਨਾਂ ਨੂੰ ਵੀ ਦੋ ਦੋ ਤਿੰਨ ਤਿੰਨ ਮੈਂਟ ਜਿਹੜੀ ਆਈਆਂ ਬੱਚੇ ਦੋ ਦੋ ਪਾਠ ਸਹਿਜ ਉਹਨਾਂ ਨੇ ਪਾਠ ਕੀਤੇ ਆ ਇਹ ਗੁਰਬਾਣੀ ਦਾ ਪ੍ਰਤਾਪ ਹੈ ਪਿਆਰੇ ਬੱਚਿਓ ਜਿਹੜਾ ਬੱਚਾ ਬਾਣੀ ਦੇ ਨਾਲ ਜਿਹੜਾ ਜੀਵ ਬਾਣੀ ਦੇ ਨਾਲ ਜੁੜ ਜਾਏਗਾ ਉਹਦੀ ਹਰ ਮੈਦਾਨ ਫਤਿਹ ਹੋਵੇਗੀ ਉਹ ਕਿਤੇ ਜੋ ਵੀ ਕੂਆ ਫੁਰਨਾ ਹੋਵੇਗਾ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹ ਹਮੇਸ਼ਾ ਹੀ ਇਹ ਉਹ ਫਤਿਹ ਪਾਵੇਗਾ ਕਿਉਂਕਿ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਸਾਨੂੰ ਫਰਮਾਨ ਕੀਤਾ ਹੈ ਹੁਕਮ ਕੀਤਾ ਗੁਰਬਾਣੀ ਦੀ ਰਚਨਾ ਕੀਤੀ ਹੈ ਬ੍ਰਹਮ ਪਿੰਦੇ ਤਿਸਤਾ ਬ੍ਰਹਮਤ ਰਹੇ ਏਕ ਸ਼ਬਦ ਲਵਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ ਨਵ ਨਿਧੀ 18 ਸਿੱਧੀਆਂ ਪਾ ਵੀ ਜੋ ਫੁਰਨਾ ਉਹਦਾ ਪੂਰਾ ਹੋਵੇਗਾ ਜਿਹੜਾ ਬਾਣੀ ਦੇ ਨਾਲ ਜੁੜ ਜਾਏਗਾ ਜਿਹੜਾ ਸਿਮਰ ਦੇ ਨਾਲ ਜੁੜ ਜਾਏਗਾ ਸੋ ਜਿਹੜਾ ਵੀ ਬੱਚਾ ਜਿਹੜਾ ਵੀ ਜੀਵ ਬਾਣੀ ਜੁੜੇਗਾ ਉਹਨੂੰ ਹਰ ਮੈਦਾਨ ਫਤਿਹ ਹੋਵੇਗੀ ਜਿਵੇਂ ਸਰਦਾਰ ਸਰੂਪ ਸਿੰਘ ਹੋਣੇ ਅਨਾਊਂਸ ਕੀਤਾ ਹੈ ਉਹਨਾਂ ਨੇ ਬੜਾ ਵੱਡਾ ਹਰ ਸਮੇਂ ਹੀ ਉਹਨਾਂ ਨੇ ਇਨਾਮ ਦੇ ਵਿੱਚ ਸ਼ਿਬਰਾਂ ਲਾ ਦਿੱਤੀਆਂ ਤਾਂ ਕਿ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਸੋ ਇਸ ਤਰ੍ਹਾਂ ਨਿਸ਼ਕਾਮ ਸੇਵਾਦਾਰ ਸਾਰੇ ਗੁਰੂ ਘਰ ਦੇ ਜਨਰਲ ਸਾਹਿਬ ਜਾਂ ਹੋਰ ਆਪਣੇ ਨਿਸ਼ਾਨੇ ਸਿੱਖੀ ਦੇ ਸਾਰੇ ਨਿਸ਼ਕਾਮ ਸੇਵਾ ਗੁਰਮੁਖ ਪਿਆਰੇ ਇੰਨੀ ਤਿਆਰੀ ਕਰਾ ਰਹੇ ਕੋਈ ਮੈਡੀਕਲ ਦੀ ਕਰਾ ਰਹੇ ਇਹ ਸਾਰੀ ਗੁਰੂ ਦੀ ਬਖਸ਼ਿਸ਼ ਹੈ ਇਹ ਸੱਚੇ ਪਾਤਸ਼ਾਹ ਦੀ ਰਹਿਮਤ ਹੈ ਇਹ ਕਿਉਂਕਿ ਗੁਰੂ ਦੀ ਰਹਿਮਤ ਤੋਂ ਬਿਨਾਂ ਕੋਈ ਕਾਰਜ ਨੇਪਰੇ ਚੜ ਸਕਦਾ ਸਰਦਾਰ ਜਸਜੀਤ ਸਿੰਘ ਜੀ ਜੋ ਟਰਾਂਟੋ ਤੋਂ ਡਿਕਸ਼ੀ ਗੁਰੂ ਘਰ ਦੇ ਬੜਾ ਲੰਬਾ ਸਮਾਂ ਗੁਰੂ ਘਰ ਦੇ ਮੁੱਖ ਸੇਵਾਦਾਰ ਦੀ ਸੇਵਾ ਨਿਭਾਈ ਦਾਸ ਨੂੰ ਜਦੋਂ ਵੀ ਮੌਕਾ ਮਿਲਿਆ ਇਹਨਾਂ ਨੇ ਸੱਦਾ ਪੱਤਰ ਭੇਜਿਆ ਅਤੇ ਉਦੋਂ ਸੰਗਤਾਂ ਨੇ ਯੋਗਦਾਨ ਪਾ ਕੇ ਇੱਥੇ ਸੰਸਥਾ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਦੋਂ ਵੀ ਸਮਝ 2005 ਦੇ ਵਿੱਚ ਦਾਸ ਪਹਿਲੀ ਵਾਰ ਗਿਆ ਕਨੇਡਾ ਔਰ ਇਹਨਾਂ ਨੇ ਉਦੋਂ ਮੁੱਖ ਸੇਵਾਦਾਰ ਹੋਣ ਦੇ ਨਾਤੇ 'ਤੇ ਇਹਨਾਂ ਨੇ ਸਪੋਂਸਰਸ਼ਿਪ ਭੇਜੀ ਹੁਣ ਲਗਾਤਾਰ ਜਦੋਂ ਵੀ ਚਾਹੀਦਾ ਇਹਨਾਂ ਨੂੰ ਬੇਨਤੀ ਕਰ ਦਿੰਦੀ ਇਹ ਸਪੋਂਸਰਸ਼ਿਪ ਭੇਜ ਦਿੰਦੇ ਨੇ ਉੱਥੇ 2-3 ਮਹੀਨੇ ਨਾਲ ਸੰਯੋਗ ਸੰਗਤਾਂ ਨੂੰ ਦਵਾਉਂਦੇ ਨੇ ਸੋ ਬੜਾ ਲੰਮਾ ਉੱਥੇ ਬਹੁਤ ਗੁਰੂ ਘਰ ਦਾ ਜੇ ਕਨੇਡਾ ਸਭ ਤੋਂ ਵੱਡਾ ਗੁਰਦੁਆਰਾ ਆਪਾਂ ਸਮਝੀਏ ਤੇ ਡਿਕਸ਼ੀ ਗੁਰੂ ਘਰ ਆ ਜਿੱਥੇ ਕਿ ਬਹੁਤ ਜਿਵੇਂ ਹਰਿਮੰਦਰ ਸਾਹਿਬ ਤਕਰੀਬਨ ਰਾਤ ਦਿਨ ਕੀਰਤਨ ਚੱਲਦਾ ਹੈ ਉੱਥੇ ਵੀ 15 ਜਥੇ ਕੀਰਤਨੀਏ ਪੱਕੇ ਰਹਿੰਦੇ ਨੇ ਜਿਹੜੇ ਕਿ ਸਵੇਰ ਤੋਂ ਲੈ ਕੇ ਰਾਤ ਦੇ 10 ਵਜੇ ਤੱਕ 24 ਘੰਟੇ ਲੰਗਰ ਕੀਰਤਨ ਚੱਲਦਾ ਰਾਤ ਨੂੰ ਸਿਰਫ 4-5 ਘੰਟੇ ਸਮਾਪਤੀ ਹੁੰਦੀ ਹੈ ਸੋ ਗੁਰੂ ਦੀ ਕਿਰਪਾ ਉਹ ਵੀ ਵਿਸ਼ੇਸ਼ ਤੌਰ 'ਤੇ ਆਏ ਨੇ ਹੋਰ ਬਹੁਤ ਗੁਰਮੁਖ ਪਿਆਰੇ ਜੋ ਕਿ ਮੈਂ ਨਾਮ ਭੁੱਲ ਨਾ ਜਾਵਾਂ ਔਰ ਭਾਈ ਜਗਤਾਰ ਸਿੰਘ ਜੀ ਵਿਸ਼ੇਸ਼ ਤੌਰ 'ਤੇ ਨੇ ਕਿਉਂਕਿ ਉਹਨਾਂ ਦਾ ਪਰਿਵਾਰ ਆਇਆ ਇੱਥੇ ਉਹ ਬਹੁਤ ਗੁਰਮੁਖ ਰੂਹ ਸੀ ਉਹ ਅਕਾਲ ਚਲਾਣਾ ਕਰ ਗਏ ਨੇ ਉਹਨਾਂ ਨੇ ਵਿਸ਼ਾ ਵੀ ਸਾਡੇ ਬੱਚੇ ਵੱਡੇ ਵੱਡੇ ਅਫਸਰ ਬਣ ਅਤੇ ਨਾਲ ਗੁਰਸਿੱਖੀ ਨਾਲ ਹੋਏ ਉਹਨਾਂ ਦੀ ਭਾਵਨਾ ਸੀ ਉਹਨਾਂ ਨੇ ਸਕੋਲਰਸ਼ਿਪ ਨਿਸ਼ਾਨੇ ਸਿੱਖੀ ਤਿਆਰ ਕੀਤੀ ਆ ਕਿ ਜਿਹੜੇ ਬੱਚੇ ਉੱਚ ਉਹਦੇ ਕੋਟੀ ਦੇ ਵਿੱਦਿਆ ਹਾਸਲ ਕਰਨੀ ਚਾਹੁੰਗੇ ਉਹਨਾਂ ਨੂੰ ਉਹ ਵਿੱਦਿਆ ਦੇ ਉਹਦੇ ਨਾਲ ਸਕੋਲਰਸ਼ਿਪ ਦਿੱਤੀ ਜਾਵੇਗੀ ਸੋ ਗੁਰੂ ਕਿਰਪਾ ਕਰੇ ਪਿਆਰੇ ਬੱਚਿਓ ਅੱਜ ਤੋਂ 5-7 ਸਾਲ ਪਹਿਲਾਂ ਦੇਖ ਲਈਏ ਨਤੀਜੇ ਆਪਣੇ ਅਤੇ ਅੱਜ ਨਤੀਜੇ ਦੇਖ ਲਈਏ ਸਾਰੇ ਸਾਹਮਣੇ ਆ ਸਰਦਾਰ ਗੁਰਦਿਆਲ ਸਿੰਘ ਗਿੱਲ ਡਾਇਰੈਕਟਰ ਸਾਹਿਬ ਪ੍ਰਿੰਸੀਪਲ ਸਾਹਿਬ ਸਮੂਹ ਸਟਾਫ ਦੇ ਜੋ ਵਧੀਆ ਤਰੀਕੇ ਨਾਲ ਬੱਚੇ ਰਾਤ ਦਿਨ ਕਰਕੇ ਬੱਚੇ ਨੂੰ ਪੜ੍ਹਾਉਂਦੇ ਨੇ ਇੱਕ ਮਾਹੌਲ ਬਣ ਗਿਆ ਇੱਥੇ ਪੜ੍ਹਦਾ ਔਰ ਗੁਰੂ ਕਿਰਪਾ ਕਰੇ ਆਉਣੇ ਸਮੇਂ ਵਿੱਚ ਕਈ ਵਾਰ ਜਦੋਂ ਵਿਚਾਰ ਕੀਤੀ ਵੀ ਪੰਜਾਬ ਦੇ ਪਹਿਲੇ ਦੂਜੇ ਨੰਬਰ ਸ਼ਹਿਰਾਂ ਵਾਲੇ ਲੈ ਜਾਂਦੇ ਪਿੰਡਾਂ ਵਾਲਿਆਂ ਦੇ ਹਿੱਸੇ ਨਹੀਂ ਆਉਂਦਾ ਸੋ ਗੁਰੂ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੇ ਆਪ ਕਿਰਪਾ ਕੀਤੀ ਆ ਕੋਈ ਵੀ ਬਿਰਥੀ ਕਦੇ ਨਾ ਹੋਵੇ ਜਨਕੀ ਅਰਦਾਸ ਕੋਈ ਜੀਵ ਅਰਦਾਸ ਕਰਕੇ ਦੇਖੇ ਉਹ ਕੋਈ ਕਾਰਨ ਨਹੀਂ ਉਹ ਨਾ ਉਹ ਹੋ ਸਕੇ ਔਰ ਪ੍ਰਿੰਸੀਪਲ ਸਾਹਿਬ 4 ਪ੍ਰਿੰਸੀਪਲ ਗਵਾਲੀਅਰ ਤੋਂ ਆਏ ਡਾਇਰੈਕਟਰ ਸਾਹਿਬ ਆਏ ਨੇ ਉਹ ਵੀ ਉੱਥੇ 4 ਸਕੂਲਾਂ ਦੇ ਬੜੀ ਮਿਹਨਤ ਨਗਰ ਦੇ ਨਾਲ ਵਿੱਦਿਆ ਦੇ ਰਹੇ ਨੇ ਸੋ ਸਤਿਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਸਾਰੀ ਸੰਗਤਾਂ ਨੂੰ ਜੀ ਆਇਆ ਬਹੁਤ ਸਮਾਂ ਆਪ ਜੀ ਨੇ ਇੱਥੇ ਦਿੱਤਾ ਹੈ 2 ਮਿੰਟ ਨੇ ਆਪਾਂ ਜਿਵੇਂ ਹੁਕਮ ਕੀਤਾ ਵੀ ਸਿਮਰ ਵੀ ਕਰਨੀ ਤਾਂ ਕਿ ਸਾਰੀ ਰਸਨਾ ਪਵਿੱਤਰ ਹੋ ਜਾਣ 2 ਮਿੰਟ ਸਿਮਰ ਕਰਕੇ ਆਪਾਂ ਫਤਿਹ ਸਾਂਝੀ ਕਰਾਂਗੇ ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ
ਜੀ ਸਿੰਘ ਨੂੰ ਛੋਟਾ ਨਾ ਆਟੋ ਕਰਕੇ ਜਾਂਦੇ ਨੇ। ਦੋਵੇਂ ਵਿਦਿਆਰਥੀ ਆਪਣੇ ਕਾਲਜ ਦੇ ਨੇ, ਇਹਨਾਂ ਤਕਰੀਬਨ 20-25 ਸਾਲ ਹੋ ਗਏ ਵਿਦਿਆ ਪ੍ਰਾਪਤ ਕਰਕੇ ਬਾਹਰ ਗਿਆ ਨੂੰ, ਤੇ ਅੱਜ ਵੀ ਜਦੋਂ ਖਡੂਰ ਸਾਹਿਬ ਦਾ ਜਾਂ ਕਾਲਜ ਦਾ ਜਾਂ ਸਕੂਲ ਦਾ ਨਾਂ ਆਉਂਦਾ, ਉਸੇ ਵੇਲੇ ਇਹਨਾਂ ਦਾ ਖੂਨ ਵੱਧ ਜਾਂਦਾ, ਉਸੇ ਵੇਲੇ ਤਤਪਰ ਹੋ ਜਾਂਦੇ ਸੇਵਾ ਨੂੰ। ਸੋ ਐਸੇ ਵਿਦਿਆਰਥੀ ਜਿਹੜੇ ਕੋਈ ਵਿਦਿਆਰਥੀ ਜੋ ਪੜ੍ਹ ਕੇ ਜਾਂਦਾ ਹੈ, ਉਹਨੂੰ ਹਮੇਸ਼ਾ ਆਪਣੀ ਯਾਦ ਦਿੱਤੀ ਵੀ ਅਸੀਂ ਮਿੱਟੀ ਤੋਂ ਇਸ ਤੋਂ ਵਿਦਿਆ ਲੈ ਕੇ ਅਸੀਂ ਇਹ ਮੁਕਾਮ ਹਾਸਲ ਕੀਤਾ ਹੈ। ਸੋ ਪਿਆਰੇ ਬੱਚੋ, ਤੁਸੀਂ ਵੀ ਜਦੋਂ ਵੀ ਜਿੱਥੇ ਵੀ ਜਾਵੋ, ਹਮੇਸ਼ਾ ਸੰਸਥਾ ਨੂੰ, ਉਸ ਸਥਾਨ ਨੂੰ, ਉਸ ਟੀਚਰਾਂ ਨੂੰ, ਉਸ ਪ੍ਰਿੰਸੀਪਲ ਨੂੰ ਜਾਂ ਉਸ ਨੂੰ ਹਮੇਸ਼ਾ ਯਾਦ ਰੱਖਣਾ, ਤਾਂ ਕਿ ਮਨ ਨੂੰ ਹੋਰ ਖੁਸ਼ੀ ਹੁੰਦੀ ਵੀ ਅਸੀਂ ਤੋਂ ਵਿਦਿਆ ਲੈ ਕੇ ਇਸ ਮੁਕਾਮ 'ਤੇ ਪਹੁੰਚੇ ਹਾਂ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਚਨਾ ਹੈ ਕਿ ਤੁਹਾਨੂੰ ਪਤਾ ਕਿ ਕਾਫੀ ਤੁਹਾਨੂੰ ਹਰ ਸਾਲ ਜਿਹੜੇ ਬੱਚੇ ਫਸਟ ਸੈਕੰਡ ਇਹਨਾਂ ਦਾ ਇਨਾਮ ਆਉਂਦੇ ਆ, ਇੱਕ ਹੋਰ ਇਨਾਮ ਅਨਾਊਂਸ ਹੋ ਗਿਆ ਹੈ। ਅਗਲੇ ਸਾਲ ਤੋਂ ਜਿਹੜਾ ਬੱਚਾ ਦਸਵੀਂ ਚੋਂ ਫਸਟ ਆਏਗਾ ਉਹਨੂੰ 50,000, ਸੈਕੰਡ ਨੂੰ 25,000, ਥਰਡ ਨੂੰ 25,000 ਸਰਦਾਰ ਕਮਲ ਸਿੰਘ ਨਿੱਜਰ ਵੱਲੋਂ ਦਿੱਤਾ ਜਾਏਗਾ ਅਗਲੇ ਸਾਲ ਤੋਂ। ਇਸ ਸਾਲ ਤੋਂ ਮਿਹਨਤ ਕਰੋ ਬੱਚਿਓ, ਔਰ ਵੱਧ ਤੋਂ ਵੱਧ ਪ੍ਰਾਈਜ਼ ਲਓ। ਹੁਣ ਅੱਜ ਇਸ ਫੰਕਸ਼ਨ ਹੋਈਆਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।